हेलो एवरीवन वेलकम और वेलकम बैक टू माय चैनल बीए सेमेस्टर 1 पब्लिक एडमिनिस्ट्रेशन ਦਾ ਚੈਪਟਰ ਨੰਬਰ 2 ਲੈ ਕੇ ਮੈਂ ਹਾਜ਼ਰ ਹਾਂ ਲੋਕ ਪ੍ਰਸ਼ਾਸਨ ਅਤੇ ਨਿੱਜੀ ਪ੍ਰਸ਼ਾਸਨ ਆਪਾਂ ਇਹਨਾਂ ਦੀ ਸਿਮਿਲੈਰਿਟੀਆਂ ਅਤੇ ਡਿਸਿਮਿਲੈਰਿਟੀਆਂ ਵੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਬਿਨਾ ਸਕਿਪ ਕਰੇ ਦੇਖਿਓ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਿਕੋਜ਼ ਬਹੁਤ ਸਾਰੀਆਂ ਅਪਡੇਟਸ ਮੈਂ ਉੱਥੇ ਦਿੰਦੀ ਰਹਿਣੀ ਆ ਸੋ ਸਟਾਰਟ ਕਰਦੇ ਆ ਅੱਜ ਦਾ ਵੀਡੀਓ ਲੋਕ ਪ੍ਰਸ਼ਾਸਨ ਦਾ ਸਭ ਤੋਂ ਪਹਿਲਾਂ ਆਪਾਂ ਨੇ ਅਰਥ ਕਰਨਾ ਹੈ ਕਿ ਲੋਕ ਪ੍ਰਸ਼ਾਸਨ ਕੀ ਹੁੰਦਾ ਹੈ ਫਰਸਟ ਕੁਐਸਚਨ ਚ ਜਿਹੜਾ ਲੋਕ ਪ੍ਰਸ਼ਾਸਨ ਦਾ ਅਰਥ ਦੱਸਿਆ ਸੀ ਤੁਸੀਂ ਉਹ ਵੀ ਲਿਖ ਸਕਦੇ ਹੋ ਠੀਕ ਹੈ ਤੁਸੀਂ ਜਿਹੜਾ ਹੁਣ ਮੈਂ ਤੁਹਾਨੂੰ ਕਰਵਾ ਰਹੀਆਂ ਇਹ ਵੀ ਲਿਖ ਸਕਦੇ ਹੋ ਠੀਕ ਹੈ ਸੋ ਸਰਕਾਰ ਜਦੋਂ ਕੇਂਦਰ ਪ੍ਰਾਂਤਕ ਸਥਾਨਕ ਪੱਧਰ ਤੇ ਕੋਈ ਵੀ ਕੰਮ ਕਰਦੀ ਹੈ ਚਾਹੇ ਉਪਰਬੰਦਕੀ ਕੰਮ ਹੈ ਤਾਂ ਉਸ ਨੂੰ ਲੋਕ ਪ੍ਰਸ਼ਾਸਨ ਕਿਹਾ ਜਾਂਦਾ ਹੈ ਸਰਕਾਰ ਇਹ ਕੰਮ ਕਿਸੇ ਖਾਸ ਏਜੰਸੀ ਦੇ ਦੁਆਰਾ ਹੀ ਕਰਾ ਸਕਦੀ ਹੈ ਇਸ ਵਿੱਚ ਲੋਕ ਕਲਿਆਣ ਦੀ ਭਾਵਨਾ ਹੁੰਦੀ ਹੈ ਬਿਕੋਜ਼ ਲੋਕ ਪ੍ਰਸ਼ਾਸਨ ਦਾ ਮਤਲਬ ਕੀ ਹੈਗਾ ਲੋਕਾਂ ਲੋਕਾਂ ਦੁਆਰਾ ਚਲਾਇਆ ਗਿਆ ਪ੍ਰਸ਼ਾਸਨ ਸੋ ਲੋਕਾਂ ਲਈ ਚਲਾਇਆ ਜਾਂਦਾ ਹੈਗਾ ਲੋਕਾਂ ਵਾਸਤੇ ਚਲਾਇਆ ਜਾਂਦਾ ਹੈ ਨਾ ਸੋ ਇਸ ਦੇ ਨਾਲ ਕੀ ਹੁੰਦਾ ਲੋਕਾਂ ਦਾ ਜਨ ਕਲਿਆਣ ਭਲਾ ਵਗੈਰਾ ਜਿਹੜਾ ਹੁੰਦਾ ਇਹਦਾ ਮੇਨ ਮੋਟਿਵ ਹੁੰਦਾ ਹੈਗਾ ਸੋ ਇਹ ਨਿੱਜੀ ਮਰਜ਼ੀ ਨਹੀਂ ਨਹੀਂ ਹੁੰਦਾ ਹੈਗਾ ਸੋ ਇਹਦੇ ਵਿੱਚ ਕੋਈ ਵੀ ਨਿੱਜੀ ਮਰਜ਼ੀ ਨਹੀਂ ਹੁੰਦੀ ਇਹ ਲੋਕਾਂ ਦੀ ਮਰਜ਼ੀ ਦੇ ਨਾਲ ਹੀ ਬਣਾਇਆ ਜਾਂਦਾ ਹੈ ਸੋ ਇਹ ਜਿਹੜਾ ਹੈਗਾ ਇਸ ਪਾਸ ਜਿਹੜੇ ਉਦੇਸ਼ ਹੁੰਦੇ ਨੇ ਇਸ ਦੇ ਉਹਨੇ ਸਿਰਫ ਉਹ ਸਿਰਫ ਲੋਕਾਂ ਦੀ ਸੇਵਾ ਕਰਨਾ ਉਹਨਾਂ ਨੂੰ ਸੇਵਾਵਾਂ ਦੇਣੀਆਂ ਹੁਣ ਦੇਖੋ ਨਿੱਜੀ ਪ੍ਰਸ਼ਾਸਨ ਯਾਨੀ ਕਿ ਪ੍ਰਾਈਵੇਟ ਐਡਮਿਨਿਸਟ੍ਰੇਸ਼ਨ ਪ੍ਰਾਈਵੇਟ ਦਾ ਮਤਲਬ ਜਿਹੜੀ ਚੀਜ਼ ਸਾਡੀ ਪ੍ਰਾਈਵੇਟ ਹੈ ਵਿਅਕਤੀਗਤ ਹੈ ਸੋ ਨਿੱਜੀ ਪ੍ਰਸ਼ਾਸਨ ਰਾਜਨੀਤਿਕ ਨਿਰਣਿਆਂ ਤੇ ਨਿਰਭਰ ਨਹੀਂ ਕਰਦਾ ਹਨਾ ਲੋਕ ਪ੍ਰਸ਼ਾਸਨ ਤਾਂ ਕਰਦਾ ਹੈ ਰਾਜਨੀਤਿਕ ਨਿਰਣਿਆਂ ਦੇ ਅਕੋਰਡਿੰਗ ਕੰਮ ਕਰਦਾ ਹੈ ਸੋ ਨਿੱਜੀ ਪ੍ਰਸ਼ਾਸਨ ਜਿਹੜਾ ਹੈ ਉਸ ਦਾ ਤਾਂ ਉਦੇਸ਼ ਸਿਰਫ ਔਰ ਸਿਰਫ ਕੀ ਹੁੰਦਾ ਹੈ ਪੈਸਾ ਕਮਾਉਣਾ ਆਪਣੇ ਆਪ ਨੂੰ ਲਾਭ ਦੇਣਾ ਠੀਕ ਹੈ ਘੱਟ ਖਰਚ ਕਰਕੇ ਜ਼ਿਆਦਾ ਆਮਦਨ ਪ੍ਰਾਪਤ ਕਰਨਾ ਸੋ ਇਸ ਵਿੱਚ ਵਿਅਕਤੀ ਦੀ ਆਪਣੀ ਮਰਜ਼ੀ ਹੁੰਦੀ ਹੈ ਉਹ ਪ੍ਰਸ਼ਾਸਨ ਜਿਹੜਾ ਹੈਗਾ ਜਿੰਨਿਆਂ ਦੀ ਮਲਕੀਅਤ ਨਿੱਜੀ ਹੱਥਾਂ ਦੇ ਵਿੱਚ ਹੁੰਦੀ ਹੈ ਸੋ ਇਹ ਉਹ ਪ੍ਰਸ਼ਾਸਨ ਹੈ ਜਿਸ ਦੀ ਮਲਕੀਅਤ ਕਿਸੇ ਹੱਦ ਤੱਕ ਹੋਏਗੀ ਨਿੱਜੀ ਪ੍ਰਾਈਵੇਟ ਹੱਥਾਂ ਦੇ ਵਿੱਚ ਅਤੇ ਨਿੱਜੀ ਜਿਹੜਾ ਹੈਗਾ ਉਹ ਸ਼ਾਸਨ ਕਹਾਉਂਦਾ ਹੈ ਸੋ ਨਿੱਜੀ ਤੌਰ ਤੇ ਜਿਹਦੀ ਮਲਕੀਅਤ ਹੋਵੇ ਪ੍ਰਸ਼ਾਸਨ ਜਿਹੜਾ ਚਲਾ ਰਿਹਾ ਹੋਵੇ ਸੋ ਨਿੱਜੀ ਪ੍ਰਸ਼ਾਸਨ ਹੁੰਦਾ ਹੈ ਸਿਮਿਲੈਰਟੀਆਂ ਦੀ ਗੱਲ ਕਰੀਏ ਤਾਂ ਲੋਕ ਪ੍ਰਸ਼ਾਸਨ ਅਤੇ ਨਿੱਜੀ ਪ੍ਰਸ਼ਾਸਨ ਦੋਨਾਂ ਦੇ ਵਿੱਚ ਜਿਹੜਾ ਹੁੰਦਾ ਹੈ ਟੈਕਨਿਕਸ ਜਿਹੜੀਆਂ ਹੁੰਦੀਆਂ ਨੇ ਆਲਮੋਸਟ ਸੇਮ ਹੁੰਦੀਆਂ ਨੇ ਲਿਖਤੀ ਲੇਖਾ ਜੋਖਾ ਰਿਕਾਰਡਿੰਗ ਵਗੈਰਾ ਹਨਾ ਪਲੈਨਿੰਗ ਵਗੈਰਾ ਸਭ ਚ ਹੁੰਦੀ ਹੈ ਦੋਨਾਂ ਦੇ ਵਿੱਚ ਹੁੰਦੀ ਹੈ ਨਾ ਬਿਨਾ ਪਲੈਨਿੰਗ ਤੋਂ ਨਿੱਜੀ ਪ੍ਰਸ਼ਾਸਨ ਵੀ ਕੋਈ ਕੰਮ ਨਹੀਂ ਕਰ ਸਕਦਾ ਸੋ ਅੰਕੜੇ ਦੇ ਰਿਕਾਰਡ ਰੱਖਿਆ ਜਾਂਦਾ ਹੈ ਮੈਨੇਜਰਲ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਉਹ ਕੀਤੀਆਂ ਜਾਂਦੀਆਂ ਡਿਵੀਜ਼ਨ ਆਫ ਫਲੇਵਰ ਕੀਤੀ ਜਾਂਦੀ ਹੁੰਦੀ ਹੈ ਸਟਾਫਿੰਗ ਕੀਤੀ ਜਾਂਦੀ ਹੈ ਨਾ ਸਟਾਫ ਰੱਖਣ ਦੇ ਇਨਸਟਰਕਸ਼ਨ ਦਿੱਤੇ ਜਾਂਦੇ ਸੋ ਸਾਰਾ ਕੁਝ ਜਿਹੜਾ ਹੈ ਆਲਮੋਸਟ ਸੇਮ ਹੁੰਦਾ ਲੋਕ ਪ੍ਰਸ਼ਾਸਨ ਅਤੇ ਨਿੱਜੀ ਪ੍ਰਸ਼ਾਸਨ ਦੋਨਾਂ ਦੇ ਕਰਮਚਾਰੀ ਆਪਸ ਬਦਲਦੇ ਰਹਿੰਦੇ ਨੇ ਹੋ ਸਕਦਾ ਹੈ ਦੇਖੋ ਕਾਫੀ ਸਾਰੇ ਆਪਾਂ ਨੇ ਦੇਖਿਆ ਕਿ ਸਰਕਾਰੀ ਜਿਹੜੇ EMPLOYEES ਹੁੰਦੇ ਨੇ ਉਹਨਾਂ ਨੂੰ ਜਿਹੜਾ ਪ੍ਰਾਈਵੇਟ ਸੈਕਟਰ ਵਾਲੇ ਨੇ ਉਹ ਰੱਖ ਲੈਂਦੇ ਨੇ ਨਿੱਜੀ ਜਿਹੜੇ ਮਲਕੀਅਤ ਦੇ ਮਾਲਕ ਹੁੰਦੇ ਨੇ ਉਹ ਰੱਖਦੇ ਨੇ ਬਿਕੋਜ਼ ਸਰਕਾਰੀ ਵਾਲੇ ਨੂੰ ਹੀ ਪਤਾ ਹੁੰਦਾ ਕਿ ਕਿਹੜੀ ਕਿਹੜੀ ਟੈਕਨਿਕਸ ਯੂਜ਼ ਕਰਨੀਆਂ ਨੇ ਜਿਹਦੇ ਨਾਲ ਜਣਾ ਹੈਗਾ ਆਮਦਨ ਵਧਾਈ ਜਾ ਸਕਦੀ ਹੈ ਸੋ ਉਹ ਟੈਕਨੀਕਲ ਤੌਰ ਦੇ ਉੱਤੇ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਸੋ ਇਹ ਇੱਕ ਦੂਜੀ ਜਗ੍ਹਾ ਤੇ ਬਦਲਦੇ ਰਹਿੰਦੇ ਨੇ ਸੋ ਨਿੱਜੀ ਵਾਲੇ ਸਰਕਾਰੀ ਵਾਲੇ ਚ ਸਰਕਾਰੀ ਵਾਲੇ ਨਿੱਜੀ ਚ ਆਉਂਦੇ ਜਾਂਦੇ ਰਹਿੰਦੇ ਨੇ ਸੋ ਨਿੱਜੀ ਪ੍ਰਸ਼ਾਸਨ ਵਿੱਚ ਅਪਣਾਏ ਗਏ ਟੰਗਾਂ ਨੂੰ ਲੋਕ ਪ੍ਰਸ਼ਾਸਨ ਵਿੱਚ ਲਾਗੂ ਕੀਤਾ ਜਾ ਸਕਦਾ ਸੋ ਨਿੱਜੀ ਪ੍ਰਸ਼ਾਸਨ ਵਿੱਚ ਜਿਹੜੀਆਂ ਵੀ ਟੈਕਨਿਕਸ ਵੀ ਹਾਂ ਇਹ ਚੀਜ਼ ਇਹ ਕਰਕੇ ਜਿਹੜੀ ਹੈਗੀ ਆ ਅੱਛੀਆਂ ਚੀਜ਼ਾਂ ਹੋ ਰਹੀਆਂ ਨੇ ਸੋ ਉਦਾਂ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਇਸ ਨੂੰ ਸਿੱਖ ਸਕਦੀ ਹੈ ਹੈਨਾ ਸੋ ਜੋ ਨਿੱਜੀ ਪ੍ਰਸ਼ਾਸਨ ਵਾਲੇ ਕਰਦੇ ਨੇ ਸਰਕਾਰ ਇਹਨਾਂ ਤੋਂ ਜਿਹੜਾ ਹੈ ਐਕਸਪੀਰੀਅੰਸ ਲੈ ਕੇ ਜਿਹੜਾ ਹੈ ਆਪਣੇ ਲੋਕ ਪ੍ਰਸ਼ਾਸਨ ਦੇ ਵਿੱਚ ਲਾਗੂ ਕਰ ਜਾਂਦੀ ਹੈ ਲੋਕ ਪ੍ਰਸ਼ਾਸਨ ਤੇ ਨਿੱਜੀ ਪ੍ਰਸ਼ਾਸਨ ਦੋਨੋਂ ਹੀ ਸੰਗਠਨ ਰਾਜ ਦਾ ਅਟੁੱਟ ਅੰਗ ਹਨ ਦੇਖੋ ਇਕੱਲੇ ਲੋਕ ਪ੍ਰਸ਼ਾਸਨ ਦੇ ਨਾਲ ਵੀ ਰਾਜ ਨਹੀਂ ਚੱਲੇਗਾ ਇਕੱਲੇ ਨਿੱਜੀ ਪ੍ਰਸ਼ਾਸਨ ਦੇ ਨਾਲ ਵੀ ਰਾਜ ਨਹੀਂ ਚੱਲੇਗਾ ਦੋਨੋਂ ਕਲਬ ਹੋ ਕੇ ਚੱਲਦੇ ਨੇ ਤਦ ਵੀ ਕੋਈ ਵੀ ਰਾਜ ਜਿਹੜਾ ਹੁੰਦਾ ਹੈ ਸਫਲ ਹੁੰਦਾ ਹੈ ਨਿੱਜੀ ਪ੍ਰਸ਼ਾਸਨ ਦੇ ਬਦਲਦੇ ਹਾਲਾਤਾਂ ਅਨੁਸਾਰ ਤਰੱਕੀ ਕੀਤੀ ਐ ਸੋ ਨਿੱਜੀ ਪ੍ਰਸ਼ਾਸਨ ਕੀ ਐ ਕਿਉਂਕਿ ਇਹ ਸਿਰਫ ਔਰ ਸਿਰਫ ਕੀ ਦੇਖਦਾ ਆਪਣੀ ਆਮਦਨ ਦੇਖਦਾ ਹੈ ਔਰ ਸੇਵਾਵਾਂ ਦਾ ਦੰਦਾ ਹੀ ਦੰਦਾ ਹੈ ਨਾ ਬਟ ਇਹਦੇ ਨਾਲ ਕੀ ਹੁੰਦਾ ਹੈਗਾ ਤਰੱਕੀ ਜਿਹੜੀ ਹੁੰਦੀ ਹੈ ਉਹ ਚਲਦੀ ਰਹਿੰਦੀ ਐ ਲੋਕ ਪ੍ਰਸ਼ਾਸਨ ਦੀਆਂ ਵੀ ਨਵੀਆਂ ਤਰੀਕਾ ਤਕਨੀਕਾਂ ਦੇ ਨਾਲ ਜਿਹੜਾ ਹੈ ਵਧੀਆ ਨਤੀਜੇ ਨਿਕਲੇ ਨੇ ਮਤਲਬ ਦੋਨਾਂ ਦੀ ਤਰੱਕੀ ਕਰਕੇ ਇੱਕ ਦੂਜੇ ਦੀ ਜਿਹੜਾ ਹੈ ਨਾ ਇਹ ਕੋਰੀਲੇਟ ਕਰਦੇ ਨੇ ਇੱਕ ਦੂਜੇ ਨੂੰ ਸੋ ਦੋਨਾਂ ਦੀ ਜਿਹੜੀ ਹੈਗੀ ਤਰੱਕੀ ਇੱਕ ਦੂਜੇ ਕਰਕੇ ਵੀ ਹੁੰਦੀ ਐ ਡਿਸਿਮਿਲਰिटीज ਡਿਫਰੈਂਸਿਸ ਕੀ ਨੇ ਕੇ ਲੋਕ ਪ੍ਰਸ਼ਾਸਨ ਅਤੇ ਨਿੱਜੀ ਪ੍ਰਸ਼ਾਸਨ ਚ ਬਹੁਤ ਸਾਰੀਆਂ ਅਸਮਾਨਤਾਵਾਂ ਨੇ ਬਟ ਬਹੁਤ ਸਾਰੀਆਂ ਅਸਮਾਨਤਾਵਾਂ ਵੀ ਨੇ ਕਾਫੀ ਸਾਰੀਆਂ ਚੀਜ਼ਾਂ ਮੈਚਿੰਗ ਨਹੀਂ ਹੁੰਦੀਆਂ ਸੋ ਨਿੱਜੀ ਪ੍ਰਸ਼ਾਸਨ ਵਾਲਾ ਤਾਂ ਆਪਾਂ ਇੱਕ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਨਿੱਜੀ ਪ੍ਰਸ਼ਾਸਨ ਕੀ ਹੋ ਗਿਆ ਕਿ ਆਪਾਂ ਨੇ ਕੋਈ ਸੂਤੀ ਕੱਪੜੇ ਦਾ ਉਦਯੋਗ ਲਗਾਇਆ ਈਦੇ ਵਿੱਚ ਕੀ ਹੈਗਾ ਆਪਣੀ ਖੁਦ ਦੀ ਮਲਕੀਅਤ ਲੱਗੀ ਹੈ ਪ੍ਰਾਪਰਟੀ ਲੱਗੀ ਹੈ ਆਪਣੀ ਖੁਦ ਦੀ ਕੈਪੀਟਲ ਲੱਗੀ ਆ ਆਪਣਾ ਖੁਦ ਦੀ ਜਿਹੜੀ ਹੈਗੀਆਂ ਐ ਐਕਸਪੈਂਸਿਸ ਲੱਗੇ ਨੇ ਸੋ ਈਦੇ ਨਾਲ ਕੀ ਹੈ ਨਿੱਜੀ ਪ੍ਰਸ਼ਾਸਨ ਦਾ ਮਤਲਬ ਇਹ ਚੀਜ਼ ਹੋ ਗਿਆ ਖੰਡ ਮਿੱਲੇ ਲਗਾਈ ਆਪਾਂ ਠੀਕੇ 슈ਗਰ ਮਿੱਲ ਲਗਾਈ ਗੁੜ ਦਾ ਕੁਝ ਖੋਲਿਆ ਸੋ ਐਵੇਂ ਦੇ ਕਾਰੋਬਾਰ ਖੋਲੇ ਤਾਂ ਉਹ ਕੀ ਹੈਗਾ ਆਪਣਾ ਨਿੱਜੀ ਪ੍ਰਸ਼ਾਸਨ ਲੋਕ ਪ੍ਰਸ਼ਾਸਨ ਕੀ ਹੋ ਗਿਆ ਕਿ ਸਰਕਾਰ ਜਦੋਂ ਇਹਨਾਂ ਚੀਜ਼ਾਂ ਲਾਈਕ ਰੇਲਵੇ ਹੋ ਗਿਆ ਸਰਕਾਰ ਚਲਾ ਰਹੀ ਹੈ ਹੈਨਾ ਟਰਾਂਸਪੋਰਟ ਜਿਹੜਾ ਹੈ ਸਰਕਾਰ ਚਲਾ ਰਹੀ ਹੈ ਲੇਕਿਨ ਇਹਦੇ ਨਾਲ ਜਿਹੜੀਆਂ ਇਹ ਦੂਜਾ ਟਰਾਂਸਪੋਰਟ ਵੀ ਤਾਂ ਚੱਲ ਰਿਹਾ ਪ੍ਰਾਈਵੇਟ ਪਬਲਿਕ ਦੇ ਨਾਲ ਦੂਜਾ ਟਰਾਂਸਪੋਰਟ ਚੱਲ ਰਿਹਾ ਜਿਵੇਂ ਲਾਈਕ ਬਸਾਂ ਪੀਆਰਟੀਸੀ ਤੋਂ ਇਲਾਵਾ ਹਰਿਆਣਾ ਰੋਡਵੇ ਤੋਂ ਇਲਾਵਾ ਦੂਜੀਆਂ ਬਸਾਂ ਵੀ ਤਾਂ ਚੱਲ ਰਹੀਆਂ ਨੇ ਤੋਂ ਅਗਰ ਕਲੀਆਂ ਆਪਾਂ ਸਰਕਾਰੀ ਤੇ ਡਿਪੈਂਡ ਕਰੀਏ ਤਾਂ ਉਹਦੇ ਨਾਲ ਪੂਰਾ ਰਾਜ ਨਹੀਂ ਚੱਲੂਗਾ ਤਾਂ ਇਹਦੇ ਨਾਲ ਕੀ ਹੈ ਪ੍ਰਾਈਵੇਟ ਚੀਜ਼ਾਂ ਵੀ ਤਾਂ ਪ੍ਰਾਈਵੇਟ ਬਸਾਂ ਵੀ ਤਾਂ ਚੱਲਦੀਆਂ ਨੇ ਸੋ ਇਸ ਕਰਕੇ ਆਪਾਂ ਕਹਿ ਸਕਦੇ ਕਿ ਦੋਨਾਂ ਦੇ ਵਿੱਚ ਸਿਮਿਲਰਿਟੀ ਹੈ ਦੋਨੋਂ ਇੱਕ ਦੂਜੇ ਤੋਂ ਬਿਨਾ ਅਧੂਰੀ ਨੇ ਸੋ ਅਗਰ ਦੇਖੋ ਲਾਈਕ ਮਿਲਸ ਵਗੈਰਾ ਨਾ ਹੋਣ ਹਨਾ ਐਕਸਟਰਾ ਪ੍ਰਸ਼ਾਸਨ ਦੇ ਵਿੱਚ ਨਿੱਜੀ ਮਲਕੀਅਤਾਂ ਨਾ ਹੋ ਨਿੱਜੀ ਪ੍ਰਬੰਧਨ ਨਾ ਹੋਵੇ ਤਾਂ ਸਰਕਾਰ ਕਿੰਨਾ ਕੁ ਜਿਹੜਾ ਹੈ ਦੇਖ ਲੂਗੀ ਹੁਣ ਪ੍ਰਾਈਵੇਟ ਹਸਪਤਾਲ ਨੇ ਸਰਕਾਰੀ ਵੀ ਹੈਗੀਆਂ ਤੇ ਦੋਨਾਂ ਬਿਨਾਂ ਗਤੀ ਨਹੀਂ ਹੁੰਦੀ ਹਨਾ ਸੋ ਇਹ ਚੀਜ਼ਾਂ ਮੇਨ ਰੱਖ ਕੇ ਹੁੰਦੀਆਂ ਸੋ ਸਭ ਤੋਂ ਪਹਿਲਾਂ ਕੀ ਹੁੰਦਾ ਇਹਨਾਂ ਦੇ ਵਿੱਚ ਡਿਸਿਮਿਲਰਿਟੀਆਂ ਕਿਉਂ ਹੁੰਦੀਆਂ ਨੇ ਕਿ ਰਾਜਨੀਤਿਕ ਨਿਰਦੇਸ਼ਨ ਲੋਕ ਪ੍ਰਸ਼ਾਸਨ ਹਮੇਸ਼ਾ ਰਾਜਨੀਤਿਕ ਇਨਸਟਰਕਸ਼ਨ ਦੇ ਅਧੀਨ ਰਹਿੰਦਾ ਜਿਵੇਂ ਜਿਵੇਂ ਸਰਕਾਰ ਦੇਖਦੀ ਹੈ ਕਰਦੀ ਹੈ ਉਵੇਂ ਹੀ ਚੱਲਦਾ ਹੈ ਪਰ ਨਿੱਜੀ ਪ੍ਰਸ਼ਾਸਨ ਕਿਸੇ ਵੀ ਇਨਸਟਰਕਸ਼ਨ ਦੀ ਪਾਲਣਾ ਨਹੀਂ ਕਰਦਾ ਹਾਂ ਸਰਕਾਰੀ ਉਹਨਾਂ ਨੂੰ ਆਦੇਸ਼ ਥੋੜੇ ਬਹੁਤ ਮੰਨਣੇ ਪੈਂਦੇ ਆ ਬਟ ਬਿਲਕੁਲ ਹੀ ਉਹਨਾਂ ਦੀ ਜਿਹੜੀ ਹੈਗੀ ਹੈ ਲਿਮਟ ਘੱਟ ਹੁੰਦੀ ਹੈ ਲੋਕ ਪ੍ਰਸ਼ਾਸਨ ਕੀ ਕਰਦਾ ਕਾਰਜਪਾਲਿਕਾ ਵੱਲੋਂ ਮਿਲੀ ਆਗਿਆ ਦਾ ਪਾਲਣ ਕਰਦਾ ਹੈ ਪਰ ਨਿੱਜੀ ਪ੍ਰਸ਼ਾਸਨ ਦੇ ਜਿਹੜੇ ਗੋਲਸ ਹੁੰਦੇ ਨੇ ਉਹ ਆਪ ਜਿਹੜਾ ਹੈਗਾ ਡਿਟਰਮਿਨ ਕਰਦਾ ਹੈ ਕਿ ਮੈਨੇ ਆਹ ਗੋਲ ਅਚੀਵ ਕਰਨੇ ਆ ਲੇਕਿਨ ਲੋਕ ਪ੍ਰਸ਼ਾਸਨ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ ਸਾਂਝੇ ਉਦੇਸ਼ ਲੈ ਕੇ ਚੱਲੇ ਜਾਂਦੇ ਨੇ ਕਿ ਲੋਕ ਕਲਿਆਣ ਦਾ ਉਦੇਸ਼ ਮੇਨਾ ਮੰਤਵ ਕੀ ਹੈਗਾ ਲੋਕ ਪ੍ਰਸ਼ਾਸਨ ਦਾ ਮੁੱਖ ਮੰਤਵ ਹੈਗਾ ਜਨ ਕਲਿਆਣ ਕਰਨਾ ਪਰ ਨਿੱਜੀ ਪ੍ਰਸ਼ਾਸਨ ਦਾ ਵੱਤੂ ਵੱਧ ਪੈਸਾ ਕਮਾਉਣਾ ਠੀਕ ਹੈ ਆਮਦਨ ਨੂੰ ਵਧਾਉਣਾ ਲਾਭ ਪ੍ਰਾਪਤ ਕਰਨਾ ਘੱਟ ਪੈਸਾ ਲਾ ਕੇ ਜ਼ਿਆਦਾ ਆਮਦਨ ਪ੍ਰਾਪਤ ਕਰਨਾ ਪਰ ਲੋਕ ਪ੍ਰਸ਼ਾਸਨ ਦੇਖੋ ਘਾਟੇ ਵੀ ਸੰਦਾ ਰਹਿੰਦਾ ਹੈਗਾ ਕਾਫੀ ਸਰੀਆਂ ਚੀਜ਼ਾਂ ਜਿਹੜੀਆਂ ਹੈਗਾ ਲੋਕ ਪ੍ਰਸ਼ਾਸਨ ਦੇ ਵਿੱਚ ਆਪਾਂ ਦੇਖਦੇ ਆ ਫ੍ਰੀ ਰਾਸ਼ਨ ਮਿਲਦਾ ਹੈ ਨਾ ਸੋ ਇਹ ਸੇਵਾਵਾਂ ਉਹਗੇ ਤਾਂ ਲੋਕ ਪ੍ਰਸ਼ਾਸਨ ਜਿਹੜਾ ਹੈ ਘਾਟੇ ਵੀ ਸੰਦਾ ਹੈਗਾ ਫ੍ਰੀ ਸੇਵਾਵਾਂ ਵੀ ਦਿੰਦਾ ਹੈਗਾ ਪਰ ਨਿੱਜੀ ਪ੍ਰਸ਼ਾਸਨ ਦੇ ਵਿੱਚ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਕੰਮ ਦਾ ਸਰੂਪ ਦੋਨਾਂ ਦਾ ਕੰਮ ਕਰਨ ਦਾ ਸਰੂਪ ਸੇਮ ਹੈ ਬਟ ਲੋਕ ਪ੍ਰਚਾਰਣ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਕੰਮ ਕਰਦਾ ਹੈ ਰੇਲ ਡਾਕ ਟਾਰ ਸੇਵਾਵਾਂ ਸਿੱਧ ਹਸਪਤਾਲ ਖੋਲਦਾ ਹੈ ਨਾ ਤਾਂ ਇਸ ਦਾ ਉਦੇਸ਼ ਕੀ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤਾਂ ਦੇਣਾ ਸੇਵਾਵਾਂ ਦੇਣੀਆਂ ਚਾਹੇ ਜਿਹੜਾ ਹੈ ਸਰਕਾਰ ਘਾਟੇ 'ਚ ਜਾਰੀ ਹੈ ਪਰ ਇਹ ਸੇਵਾਵਾਂ ਉਹਨੂੰ ਦੇਣੀਆਂ ਪੈਣੀਆਂ ਹੈ ਸਮਾਜਿਕ ਆਰਥਿਕ ਵਿਕਾਸ ਕਰਨਾ ਹੁੰਦਾ ਹੈ ਨਿੱਜੀ ਪ੍ਰਸ਼ਾਸਨ ਦਾ ਮੁੱਖ ਮੰਤਵ ਕੀ ਹੁੰਦਾ ਹੈਗਾ ਸਿਰਫ ਔਰ ਸਿਰਫ ਕੁਝ ਕੁ ਮਹੱਤਵਪੂਰਨ ਕੰਮ ਲਾਈਕ ਖੰਡ ਮਿਲ ਕੋਈ ਖੋਲ ਲਈ ਕਪੜਾ ਮਿਲ ਕੋਈ ਖੋਲ ਲਈ ਹਨਾ ਸੋ ਨਿੱਜੀ ਪ੍ਰਸ਼ਾਸਨ ਕੁਝ ਕੁ ਕੰਮ ਦੇਖਦਾ ਹੈਗਾ ਲੇਕਿਨ ਮੇਨ ਰਾਜ ਦੇ ਸਰਕਾਰ ਦੇ ਜਿਹੜੇ ਕੰਮ ਹੈ ਲੋਕ ਪ੍ਰਸ਼ਾਸਨ ਦੇਖਦਾ ਹੈ ਨਿੱਜੀ ਪ੍ਰਸ਼ਾਸਨ ਤਾਂ ਥੋੜੇ ਬੋਤੇ ਜਿਹੜੇ ਐਕਸਟਰਾ ਐਕਟੀਵਿਟੀਜ਼ ਵਾਲੇ ਕੰਮ ਨੇ ਉਹ ਦੇਖਦਾ ਹੈ ਸੇਵਾ ਲਗਤ ਨਿੱਜੀ ਪ੍ਰਸ਼ਾਸਨ ਦਾ ਮਤਲਬ ਕੀ ਹੈਗਾ ਸੇਵਾ ਬਦਲੇ ਵਧ ਆਮਦਨ ਬਸੂਲ ਕਰਨਾ ਸੇਵਾਵਾਂ ਦਾ ਦੇ ਰਿਹਾ ਪਰ ਵਧ ਆਮਦਨ ਵੀ ਤਾਂ ਵਸੂਲ ਕਰ ਰਿਹਾ ਕੱਟੇ ਵਾਲੇ ਕੰਮ 'ਚ ਬਹੁਤ ਕੱਟ ਕਰਦਾ ਜਾਂ ਕਰਦਾ ਹੀ ਨਹੀਂ ਲੋਕ ਪ੍ਰਸ਼ਾਸਨ ਦਾ ਮੰਤਕ ਕੀ ਹੁੰਦਾ ਸੇਵਾ ਜਿਆਦਾ ਤੋਂ ਜਿਆਦਾ ਕੀ ਕਰਨਾ ਲੋਕਾਂ ਦਾ ਸੇਵਾ ਕਰਨੀ ਟੈਕਸ ਇਕੱਠਾ ਕਰਦਾ ਹੈਗਾ ਲੋਕ ਪ੍ਰਸ਼ਾਸਨ ਪਰ ਫਿਰ ਵੀ ਉਹ ਜਨਤਾ ਤੇ ਹੀ ਲਗਾਉਂਦਾ ਲੋਕਾਂ ਦੀ ਜ਼ਿੰਮੇਵਾਰੀ ਲੋਕ ਪ੍ਰਸ਼ਾਸਨ ਲੋਕਾਂ ਪ੍ਰਤੀ ਜ਼ਿੰਮੇਵਾਰ ਹੈ ਕੋਈ ਵੀ ਕਰਮਚਾਰੀ ਸਰਕਾਰੀ ਕਿਸੇ ਵੀ ਸਰਕਾਰੀ ਨੀਤੀ ਦੇ ਵਿਰੁੱਧ ਕੰਮ ਨਹੀਂ ਕਰ ਸਕਦਾ ਲੋਕਾਂ ਪ੍ਰਤੀ ਇਹ ਜਿਹੜਾ ਹੁੰਦਾ ਹੈ ਜਵਾਬਦੇਹ ਹੁੰਦਾ ਹੈ ਇਹ ਲੋਕਵਾਦੀ ਹੁੰਦਾ ਨਿੱਜੀ ਪ੍ਰਸ਼ਾਸਨ ਵਿੱਚ ਨਿਜਤਾ ਇੰਡੀਵਿਜੂਅਲਟੀ ਹੁੰਦੀ ਹੈਗੀ ਆ ਅਤੇ ਉਹ ਲੋਕਾਂ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦਾ ਬਿਕੋਜ਼ ਨਿੱਜੀ ਪ੍ਰਸ਼ਾਸਨ ਹੈ ਪ੍ਰਾਈਵੇਟ ਹੈ ਸੋ ਸਮਾਨ ਵਿਹਾਰ ਲੋਕਾਂ ਨਾਲ ਸਮਾਨ ਵਿਹਾਰ ਕਰਦਾ ਹੈਗਾ ਲੋਕ ਪ੍ਰਸ਼ਾਸਨ ਦੇ ਵਿੱਚ ਸਾਰੇ ਜਿਹੜੇ ਨਾਗਰਿਕ ਨੇ ਸਿਟੀਜ਼ਨਸ ਨੇ ਉਹ ਇਕੁਅਲ ਨੇ ਪੱਖਪਾਤ ਨਹੀਂ ਕਰ ਸਕਦਾ ਬਟ ਨਿੱਜੀ ਪ੍ਰਸ਼ਾਸਨ ਦੇ ਵਿੱਚ ਜਿਹੜਾ ਹੁੰਦਾ ਬਾਈਸness ਪਾਈ ਜਾਂਦੀ ਹੈ ਉਹ ਲਾਭ ਰੱਖ ਕੇ ਲਾਈਕ ਜਿਵੇਂ ਇਹ ਵਪਾਰੀਆਂ ਵਾਲਾ ਕੰਮ ਹੈ ਕਿ ਜਿੱਥੇ ਜਿਆਦਾ ਪ੍ਰੋਫਿਟ ਮਿਲਿਆ ਚੀਜ਼ ਉਸ ਨੂੰ ਸੇਲ ਕਰਤੀ ਸੋ ਨਿੱਜੀ ਪ੍ਰਸ਼ਾਸਨ ਦਾ ਇਹ ਵਾਲਾ ਕੰਮ ਹੁੰਦਾ ਹੈ ਸੰਗਠਨ ਲੋਕ ਪ੍ਰਸ਼ਾਸਨ ਅਤੇ ਨਿੱਜੀ ਪ੍ਰਸ਼ਾਸਨ ਦਾ ਸੰਗਠਨ ਇੱਕੋ ਜਿਹਾ ਤੱਤ ਰੱਖਦਾ ਹੈ ਪਰ ਫਿਰ ਵੀ ਨਿੱਜੀ ਸੰਗਠਨ ਚ ਕੀ ਹੁੰਦੀ ਹੈ ਪ੍ਰਾਈਵੇਸੀ ਲੋਕ ਪ੍ਰਸ਼ਾਸਨ ਵਿੱਚ ਪ੍ਰਾਈਵੇਸੀ ਬਹੁਤ ਘੱਟ ਹੁੰਦੀ ਹੈ ਬਿਕੋਜ਼ ਇਟ ਟਰਾਂਸਪੇਰੈਂਟ ਹੁੰਦਾ ਹੈ ਲੇਕਿਨ ਨਿੱਜੀ ਪ੍ਰਸ਼ਾਸਨ ਜਿਹੜਾ ਹੈਗਾ ਇਹ ਪ੍ਰਾਈਵੇਸੀ ਇਹਦੇ ਵਿੱਚ ਪਾਈ ਜਾਂਦੀ ਹੈ ਲੋਕ ਪ੍ਰਸ਼ਾਸਨ ਚ ਕੋਈ ਪ੍ਰਾਈਵੇਸੀ ਨਹੀਂ ਪਾਈ ਜਾਂਦੀ ਟਰਾਂਸਪੇਰੈਂਟ ਹੁੰਦਾ ਹੈ ਨਿਪੁੰਤ ਨਿਜੀ ਪ੍ਰਸ਼ਾਸਨ ਵਿੱਚ ਸੁਯੋਗਤਾ ਜ਼ਿਆਦਾ ਹੁੰਦੀ ਹੈਗੀ ਬਹੁਤ ਹੀ ਐਫੀਸ਼ੀਐਂਟਲੀ ਕੰਮ ਕੀਤਾ ਜਾਂਦਾ ਹੈ ਹਰੇਕ ਪੁਆਇੰਟ ਤੇ ਨੋਟ ਕੀਤਾ ਜਾਂਦਾ ਹੈ ਕਿ ਕਿਤੋਂ ਨਾ ਕਿਤੋਂ ਜਿਹੜਾ ਘਾਟਾ ਨਾ ਬਹਿ ਜਾਏ ਕਿਤੋਂ ਨਾ ਕਿਤੋਂ ਜਿਹੜੀ ਹੈਗੀ ਆ ਆਮਦਨ ਵਧਾ ਆਈ ਜਾਵੇ ਸੋ ਇਹ ਚੀਜ਼ ਹੁੰਦੀ ਹੈ ਲੋਕ ਪ੍ਰਸ਼ਾਸਨ ਵਿੱਚ ਜਿਹੜਾ ਹੁੰਦਾ ਲਾਲ ਫਿਤਾ ਸਹੀ ਫਜ਼ੂਲ ਖਰਚੇ ਪ੍ਰਸ਼ਟਾਜਨ ਹੁੰਦਾ ਹੈ ਨਾ ਕਿੰਨੇ ਕਿੰਨੇ ਬ੍ਰਿਜਸ ਦੇ ਲਈ ਕਿੰਨੇ ਕਿੰਨੇ ਪੈਸੇ ਸਰਕਾਰ ਤੋਂ ਵਸੂਲ ਕੀਤੇ ਜਾਂਦੇ ਹਨ ਸੋ ਇਹ ਚੀਜ਼ ਹੋ ਜਾਂਦੀ ਹੈ ਸੋ ਨਿੱਜੀ ਪ੍ਰਸ਼ਾਸਨ ਦਿਲੇ ਲਗਾ ਕੇ ਕੰਮ ਕਰਦਾ ਹੈ ਔਰ ਐਫੀਸ਼ੀਐਂਸੀ ਨਾਲ ਕੰਮ ਕਰਦਾ ਹੈ ਕੰਟਰੋਲ ਨਿੱਜੀ ਪ੍ਰਸ਼ਾਸਨ ਦਾ ਜਿਹੜਾ ਕੰਟਰੋਲ ਹੁੰਦਾ ਉਹ ਨਿੱਜੀ ਹੱਥਾਂ ਦੇ ਵਿੱਚ ਹੁੰਦਾ ਬਾਰਲੀ ਕੋਈ ਇੰਟਰਫੀਅਰੈਂਸ ਨਹੀਂ ਇਹਦੇ ਵਿੱਚ ਨਹੀਂ ਹੁੰਦੀ ਲੇਕਿਨ ਲੋਕ ਪ੍ਰਸ਼ਾਸਨ ਕੀ ਹੈ ਅਦਾਲਤੀ ਕਾਨੂੰਨੀ ਨਿਯੰਤਰਣ ਕੰਟਰੋਲ ਦੇ ਅੰਡਰ ਚੱਲਦਾ ਸੋ ਕੰਟਰੋਲ ਕੌਣ ਕਰਦੇ ਇਹਨੂੰ ਸਰਕਾਰ ਨਿੱਜੀ ਪ੍ਰਸ਼ਾਸਨ ਦਾ ਕੰਟਰੋਲ ਜਿਹੜਾ ਹੁੰਦਾ ਕਿਸੇ ਇੱਕ ਇੰਡੀਵਿਜੂਅਲ ਦੋ ਇੰਡੀਵਿਜੂਅਲ ਦੇ ਹੱਥ ਦੇ ਵਿੱਚ ਹੁੰਦਾ ਸਮਾਜਿਕ ਲੋਡ ਲੋਕ ਪ੍ਰਸ਼ਾਸਨ ਦਾ ਮੁੱਖ ਮੰਤਵ ਕੀ ਹੈਗਾ ਜਾਨ ਮਾਲ ਦੀ ਰੱਖਿਆ ਕਰਨੀ ਹੈ ਵੱਧ ਤੋਂ ਵੱਧ ਸੇਵਾਵਾਂ ਦੇਣੀਆਂ ਚਾਹੀਏ ਘਾਟਾ ਪੈਜੇ ਨਿੱਜੀ ਪ੍ਰਸ਼ਾਸਨ ਸਮਾਜ ਦੀਆਂ ਆਰਥਿਕ ਸਮਾਜਿਕ ਲੋੜੀਆਂ ਲੋੜਾਂ ਨੂੰ ਪੂਰੀਆਂ ਕਰਦਾ ਹੈ ਨੀਡਸ ਨੂੰ ਪੂਰੀਆਂ ਕਰਦਾ ਸੋ ਏਸੀ ਅੱਜ ਦਾ ਵੀਡੀਓ ਆਪਾਂ ਨੇ ਅੱਜ ਸਿਮਿਲਰਿਟੀਜ਼ ਔਰ ਡਿਸਿਮਿਲਰਿਟੀਜ਼ ਕੀਤੀ ਹੈ ਹੂਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਔਰ ਸਮਝ ਵੀ ਆ ਗਿਆ ਹੋਵੇਗਾ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ